ਆਉਂਦੇ ਝੱਟ ਫੱਟ ਹੀ ਉਹਨੂੰ ਕੁਛ ਹੋ ਗਿਆ, ਇੱਕਦਮ ਹੀ ਉਹ ਮੁੱਕ ਗਿਆ। ਉਦੋਂ ਬਾਅਦ ਛੋਟੇ ਛੋਟੇ ਬੱਚੇ ਪਾਲੇ ਸੀ, ਘਰਾਂ ਦੇ ਗੋਹੇ ਸੁੱਟ ਗਏ, ਕੋਹਦਿਆਂ ਪੋਚੇ ਫੇਰ ਫੇਰ ਗਏ, ਜਵਾਨ ਕੀਤੇ ਬੱਚੇ ਆਪਣੇ ਕਰਨ ਕਮਾਉਣ ਡਹਿ ਪਏ। 2-8-7 ਸਾਲ ਹੋ ਗਏ ਨਸ਼ਾ ਮੇਰੇ ਘਰ 'ਚ ਵੜ ਗਿਆ। ਜੋ ਵੱਡਾ ਕਾਕਾ ਪੂਰਾ ਹੋਇਆ, ਮੁੜ ਕੇ ਨਿੱਕਾ ਪੂਰਾ ਹੋ ਗਿਆ, ਉਹਨੂੰ ਮੈਂ ਹਸਪਤਾਲ 'ਚ ਵੀ ਖੜਦੀ ਰਹੀ, ਥਾਂ ਵੀ ਗਵਾ ਲਿਆ, ਗਹਿਣੇ ਪਾਇਆ, ਅਤੇ ਮੁੜ ਕੇ ਉਹ ਵੀ ਨਾ ਬਚਿਆ। ਮੁੜ ਕੇ ਤੀਸਰਾ ਵੀ ਨਸ਼ੇ ਨੇ ਖਾ ਲਿਆ। ਕਾਹਦਾ ਨਸ਼ਾ ਕਰਦੇ? ਨਸ਼ਾ ਟੀਕੇ ਜਿਹੜੇ ਤੁਰ ਪਏ ਆ। ਤਿੰਨਾਂ ਦੀ ਮੌਤ ਟੀਕਿਆਂ ਨਾਲ ਹੀ ਹੋਈ? ਤਿੰਨਾਂ ਦੀ ਮੌਤ ਟੀਕਿਆਂ ਨੇ ਹੋਈ। ਕਿੰਨੇ ਬੱਚੇ ਸੀ ਤੁਹਾਡੇ? ਮੇਰੇ 3 ਬੱਚੇ ਸੀ। ਤਿੰਨੇ ਮੁੱਕ ਗਏ? ਤਿੰਨੇ ਮੁੱਕ ਗਏ। ਤੇ ਹੁਣ ਘਰ 'ਚ ਕੌਣ ਕੌਣ? ਹੁਣ ਅਸੀਂ 9 ਸਾਸੀਆਂ, 3 ਪੋਤਰੇ ਆ, 2 ਪੋਤਰੀਆਂ, 1 ਦੀਆਂ 2 ਕੁੜੀਆਂ ਹੀ ਆ, 1 ਦੇ 3 ਕਾਕੇ ਆ। ਕੋਈ ਸਰਕਾਰ ਨੀ ਬੰਦ ਕਰਦੀ, ਕੋਈ ਪੁਲਿਸ ਨੀ ਰੇਟ ਮਾਰਦੀ, ਕੋਈ ਡੱਕਦੀ ਨੀ। ਆਉਣ ਵਾਲਾ ਸਮਾਂ ਮੈਂ ਆਨੀ ਵਾਹਿਗੁਰੂ, ਗਾਂ ਹੀ ਮਾਵਾਂ ਨੂੰ ਚੰਗੇ ਸੌਂਸਲੇ ਹੋ ਜਾਣ, ਗਾਂ ਵਾਸਤੇ ਪੀੜ੍ਹੀ ਨਵੀਂ ਨਰੋਈ ਸੋਹਣੀ ਆਪਣੀ ਜ਼ਿੰਦਗੀਆਂ ਹੰਡਾਉਣ, ਉਹ ਹੀ ਪੀੜ੍ਹੀ ਗਾਂ ਚੰਗੀ ਹੋ ਜਾਵੇ। ਹਾਲਾਤ ਕੀ ਨੇ ਕਰਦੇ? ਹਾਲਾਤ ਕਰਦੇ ਕੁਛ ਮੰਗ ਕੇ, ਕੁਛ ਗੁਰਦੁਆਰਿਆਂ ਚੋਂ ਲਿਆ ਕੇ ਟਾਈਮ ਪਾਸ ਕਰਦੀ। ਮੈਂ ਉਹ ਪੁੱਤਾਂ ਧੀਆਂ ਨੂੰ ਆਉਂਦੀ ਵੀ ਮੈਨੂੰ ਥੋੜ੍ਹੀ ਬਹੁਤੀ ਸਹੂਲਤ ਸੇਵਾ ਕਰੋ, ਜਿਹੜੇ ਮੇਰੇ ਵੀ ਉੱਲਾ ਹੀ ਪੈ ਜੇ, ਸੱਤਾ ਹੀ ਖਾ ਗਏ, ਇੱਟਾਂ ਵੱਟੇ ਵੀ ਖਾ ਗਏ, ਸੱਤਾ ਵੀ ਖਾ ਗਏ। ਮੀਂਹ ਆਉਂਦਾ ਕਦੀ ਕਿਸੇ ਆਂਢੀ ਗੁਆਂਢੀ ਵਾਲੇ ਨਿਆਣੇ ਚੁੱਕ ਕੇ ਕੋਈ ਦੁਨੀਆਂ 'ਤੇ ਨਹੀਂ ਸਾਡੇ ਵਾਸਤੇ ਹੈਗਾ, ਜਿੰਨੇ ਵੀ ਸਾਨੂੰ ਸਹਾਇਤਾ ਦੇ ਦੇ ਵੀ ਚੱਲ ਕੋਈ ਮਾੜੀ ਮੋੜੀ ਸਾਥੀ ਇਹਨੂੰ ਖੜੀ ਕਰਦੇ। 2 ਮਹੀਨੇ ਹੋ ਗਏ ਮੋਟਰ ਸੜੀ ਨੂੰ, ਨਹੀਂ ਜ਼ੋਰ ਪੈਂਦਾ, ਕਿੱਥੋਂ ਬਣਾਏ। ਕੀ ਮੰਗ ਕਰਦੇ ਹੁਣ? ਇਹਨਾਂ ਬੱਚਿਆਂ ਦੀ ਇਹੋ ਮੰਗ ਆ ਵੀ ਸਾਡੇ ਚਲੋ ਸਿਰ ਲਕਾਵਾ ਹੋ ਜੇ, ਅਤੇ ਬਾਕੀ ਕੋਈ ਭੈਣ ਭਰਾ ਖੈਰ ਪਾਉਣ ਸਾਨੂੰ, ਜਿਹੜਾ ਬੱਚੇ ਸਾਡੇ ਪਲਨੇ। ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ? ਆ ਜੀ ਮੋਬਾਈਲ ਨੰਬਰ। ਮੇਰੇ ਘਰ ਵਾਲਾ ਬਿਮਾਰ ਸੀ। ਕੀ ਕਰ? ਹਾਂਜੀ, ਉਹ ਨਸ਼ਾ ਕਰਦਾ ਸੀ ਅਤੇ ਉਹ ਫਿਰ ਛੱਤਾਂ ਛੁੱਤਾਂ ਲਾ ਕੇ ਵੇਚ ਕੇ ਤੋਂ ਗਾਡਰ ਗੁਡਰ ਖਾ ਗਏ। ਹਾਂਜੀ, ਹੋਰ ਹੁਣ ਗੁਜ਼ਾਰਾ ਕਿਸ ਤਰ੍ਹਾਂ ਚੱਲਣ ਦਿਆ? ਹੁਣ ਗੁਜ਼ਾਰਾ ਚੱਲੀ ਜਾਂਦਾ ਇੱਦਾਂ ਮਾੜਾ ਮੋਟਾ ਹੈ। ਚਾਹ ਜਿਹੜੀਆਂ ਸਾਰੇ ਬੱਚੇ ਵੀ ਫੋਟੋਆਂ ਫੜੀ ਫਿਰਦੇ, ਇੱਕ ਕੌਣ ਨੇ ਸਾਰੇ? ਇੱਕ ਤਾਂ ਇਹਨਾਂ ਦਾ ਪਾਪਾ, ਇੱਕ ਤਾਇਆ ਅਤੇ ਇੱਕ ਇਹਨਾਂ ਦਾ ਚਾਚਾ। ਅਤੇ ਦਾਦਾ ਵੀ? ਹਾਂਜੀ, ਦਾਦਾ ਵੀ। ਸਰ ਨਸ਼ਿਆਂ ਕਾਰਨ ਹੀ ਮੌਤ ਹੋਈ ਸਾਰੇ? ਹਾਂਜੀ, ਸਾਰੇ ਨਸ਼ਿਆਂ ਕਾਰਨ ਹੋਈ। ਰੋਟੀ ਪਾਣੀ ਦਾ ਨਿਆਣੇ ਦਾ ਕਹਿਣਾ ਸਰ? ਹਾਂਜੀ, ਸਹੀ ਜਾਂਦਾ ਮਾੜਾ ਮੋਟਾ, ਮੰਮੀ ਜਾਂਦੀ ਘਰ ਦਾ ਕੰਮ ਕਰਨ। ਬੱਤੀ ਵੀ ਨਹੀਂ ਹੈਗੀ, ਪੱਖੀ ਆਣ ਲੱਗੇ, ਬੱਚੇ ਵੀ ਅੰਦਰ ਪੜਨ ਦੇ। ਘਰ ਦੇ ਜਿੰਨੇ ਹਾਲਾਤ ਬਣੇ ਨੇ ਨਸ਼ਿਆਂ ਕਰਕੇ ਹੋਏ? ਸਰਕਾਰ ਤਾਂ ਆਉਂਦੀ ਨਸ਼ੇ ਤਾਂ ਬੰਦ ਕੀਤੇ ਹੋਏ ਜਾਂ ਕਰਨ ਦੇ ਆ। ਸਰਕਾਰ ਨਸ਼ੇ ਬੰਦ ਕੀਤੇ ਹੋਣ ਤੇ ਫਿਰ ਘਰ ਦਾ ਇਹ ਹਾਲ ਥੋੜਾ ਬਣ ਗਿਆ। ਸਰਕਾਰ
ਕੀ ਹਾਲਾਤ ਨੇ ਬੁੱਧ ਘਰ ਦੇ? ਸਾਡੇ ਘਰ ਦੇ ਹਾਲਾਤ ਬੜੇ ਮਾੜੇ ਆ ਤੇ ਅਸੀਂ ਪਾਣੀ ਪੀ ਕੇ ਗੁਜ਼ਾਰਾ ਕਰਦੇ ਆ। ਕਿਉਂ, ਕੀ ਹੋਇਆ, ਕੀ ਰੋਟੀ ਨਹੀਂ ਪਕਾਉਂਦੇ? ਨਹੀਂ। ਕਿਉਂ? ਆਟਾ ਨਹੀਂ ਹੈਗਾ। ਤੇ ਪਾਪਾ ਕਿੱਥੇ ਆ? ਪਾਪਾ ਪੂਰੇ ਹੋ ਗਏ। ਕਿਵੇਂ? ਉਹ ਟਿੱਕੇ ਲਾਉਂਦੇ ਸੀ। ਤੇ ਹੁਣ ਤੁਸੀਂ ਕਿਸ ਤਰ੍ਹਾਂ ਫਿਰ ਇਧਰ ਹੀ ਆਪ ਆ? ਤੁਹਾਡੇ ਛੱਤ ਵੀ ਨਹੀਂ ਹੈਗੀ, ਬੱਤੀ ਵੀ ਨਹੀਂ ਹੈਗੀ, ਪੱਖੀਆਂ ਚੱਲ ਕੇ ਇਸ ਤਰ੍ਹਾਂ ਪੜਦੇ? ਕਦੋਂ ਦੇ ਇਸ ਤਰ੍ਹਾਂ ਪੁੱਤ? ਕੀ ਮੰਗ ਕਰਦੇ ਪੁੱਤ? ਅਸੀਂ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕੀਤਾ ਜਾਵੇ।